ਬਠਿੰਡਾ ਦੇ ਇਸ ਨਿੱਜੀ ਹਸਪਤਾਲ ਦੇ ਬਾਹਰ ਬੈਠੇ ਇਹਨਾਂ ਲੋਕਾਂ ਦੀ ਜਿਵੇਂ ਦੁਨੀਆ ਹੀ ਉਜੜ ਗਈ ਹੈ ਤੇ ਆਪਣੀ ਦੁਨੀਆ ਉਜਾੜਨ ਦਾ ਦੋਸ਼ ਇਹ ਲੋਕ ਇਸ ਹਸਪਤਾਲ ਦੇ ਡਾਕਟਰਾਂ ਤੇ ਲਾ ਰਹੇ ਨੇ ਜਿਸ ਦੇ ਬਾਹਰ ਬੈਠ ਕੇ ਇਹ ਲੋਕ ਧਰਨਾ ਦੇ ਰਹੇ ਨੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹਨਾਂ ਲੋਕਾਂ ਨੇ ਆਪਣਾ ਇੱਕ ਮਹਿਲਾ ਮਰੀਜ਼ ਇਸ ਹਸਪਤਾਲ ਅੰਦਰ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਾਏ ਜਾਣ ਲਈ ਦਾਖਲ ਕਰਵਾਇਆ ਸੀ। ਆਪਰੇਸ਼ਨ ਤਾਂ ਹੋ ਗਿਆ ਪਰ ਦੋਸ਼ ਹੈ ਕਿ ਉਸ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਮਰੀਜ਼ ਦੀ ਇੱਕ ਅਜਿਹੀ ਨਾੜ ਵੱਢ ਦਿੱਤੀ ਜਿਸ ਨੂੰ ਠੀਕ ਕਰਨਾ ਮੁੜ ਉਹਨਾਂ ਦੇ ਆਪਣੇ ਵੱਸ ਵੀ ਨਾ ਰਿਹਾ। ਫਿਰ ਉਹੀ ਹੋਇਆ ਜੋ ਅਜਿਹੇ ਕੇਸਾਂ 'ਚ ਅਕਸਰ ਅਜਿਹੇ ਡਾਕਟਰ ਲੋਕ ਕਰਿਆ ਕਰਦੇ ਨੇ। ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਦਿਲਾਸਾ ਦੇਣ ਲਈ ਕਦੇ ਇੱਕ ਹਸਪਤਾਲ ਭੇਜ ਦੇਣਾ ਤੇ ਕਦੇ ਦੂਜੇ ਵਿੱਚ, ਪਰ ਮਾਮਲਾ ਬੇਹੱਦ ਗੰਭੀਰ ਸੀ। ਨਾੜ ਅਜਿਹੀ ਵੱਢੀ ਗਈ ਸੀ ਜਿਸ ਨੇ ਮਰੀਜ਼ ਦੀ ਜਾਨ ਲੈ ਕੇ ਹੀ ਉਸਦਾ ਪਿੱਛਾ ਛੱਡਿਆ। ਮਹਿਲਾ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਇੰਨੀ ਬੁਰੀ ਤਰ੍ਹਾਂ ਭੜਕ ਗਏ ਕਿ ਉਹਨਾਂ ਨੇ ਮਰੀਜ਼ ਦੀ ਲਾਸ਼ ਹਸਪਤਾਲ 'ਚ ਰੱਖ ਕੇ ਦੱਬ ਕੇ ਹੰਗਾਮਾ ਕੀਤਾ। ਜਿਨ੍ਹਾਂ ਦਾ ਸਾਥ ਦੇਣ ਲਈ ਮੌਕੇ 'ਤੇ ਸਮਾਜ ਸੇਵੀ ਲੱਖਾ ਸਿਧਾਣਾ ਵੀ ਪਹੁੰਚ ਗਏ ਅਤੇ ਆਹ ਸੁਣਿਓ ਜ਼ਰਾ ਲੱਖਾ ਸਿਧਾਣਾ ਨੇ ਇਸ ਹਸਪਤਾਲ ਦੀਆਂ ਪੋਲਾਂ ਕਿਵੇਂ ਖੋਲ੍ਹ ਕੇ ਰੱਖ ਦਿੱਤੀਆਂ ਨੇ। ਅਤੇ ਇੱਥੇ ਨਾ ਇੱਕ 22 ਤਰੀਕ ਨੂੰ ਇੱਕ ਜਿਹੜੀ ਔਰਤ ਸੀਗੀ ਉਹ ਦਾਖਲ ਹੋਈ, ਉਹਦਾ ਪਿੱਤੇ ਦਾ ਆਪਰੇਸ਼ਨ ਹੋਇਆ ਪੱਥਰੀ ਦਾ, ਤਾਂ ਡਾਕਟਰ ਨੇ ਇੰਨੀ ਕੁ ਲਾਪਰਵਾਹੀ ਵਰਤੀ ਉਹਦੇ ਵਿੱਚ ਕਿ ਉਸ ਤਰ੍ਹਾਂ ਹੀ ਮਤਲਬ ਕਿ ਆਪਰੇਸ਼ਨ ਕਰਕੇ ਉੱਪਰੋਂ ਜਦੋਂ ਉਹਨੇ ਟਾਂਕੇ ਵਗੈਰਾ ਲਾ ਤੇ ਦਰਦ ਸ਼ੁਰੂ ਹੋਇਆ, ਦਰਦ ਤੋਂ ਬਾਅਦ ਦਿੱਲੀ ਹਾਰਟ ਚਲੇ ਗਏ। ਦਿੱਲੀ ਹਾਰਟ ਵਾਲੇ ਕਹਿੰਦੇ ਵੀ ਇਹ ਤਾਂ ਭਾਈ ਇਹਦੀ ਕੋਈ ਨਾੜ ਵਗੈਰਾ ਕੱਟੀ ਗਈ, ਵਾਪਸ ਲੈ ਜਾਓ। ਵਾਪਸ ਆਏ ਉੱਥੋਂ ਇਹ ਕਹਿੰਦੇ ਵੀ ਅਸੀਂ ਦਾਖਲ ਨਹੀਂ ਕਰਦੇ, ਉੱਥੋਂ DMC ਨੂੰ ਤੋਰਤਾ, DMC ਜਾਂਦਿਆਂ ਜਾਂਦਾ ਰਾਹ ਦੇ ਵਿੱਚ ਮੌਤ ਹੋ ਜਾਂਦੀ ਆ। ਤਾਂ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਇਹ ਇੱਕ ਵਹਿਸ਼ੀ ਦਰਿੰਦਾ ਜਿਹੜਾ ਮੈਂ ਸਮਝਦਾ ਕਿ ਡਾਕਟਰ ਰਤਨ ਗੁਪਤਾ, ਇਹ 5ਵਾਂ ਕੇਸ ਹੈ। ਇਸ ਤੋਂ ਪਹਿਲਾਂ ਮਛਾਣੇ ਦੀ ਇੱਕ ਔਰਤ ਪਿਛਲੇ ਸਾਲ ਉਹਦੀ ਇਸ ਤਰ੍ਹਾਂ ਹੀ ਮੌਤ ਹੋਈ, ਮਲਤਾਨੀਆਂ ਤੋਂ ਇੱਕ ਮੌਤ ਹੋਈ। ਇਸ ਤਰ੍ਹਾਂ 5 ਮੌਤਾਂ ਜਿਹੜੀਆਂ ਇਸ ਹਸਪਤਾਲ ਦੇ ਵਿੱਚ, ਇਹ ਡਾਕਟਰ ਦੀ ਲਾਪਰਵਾਹੀ ਰੱਖ ਲਓ, ਅਣਗਹਿਲੀ ਰੱਖ ਲਓ, ਜਾਂ ਸਿਰਫ ਉਹ ਇਹ ਕੀ ਕਰਦੇ ਡਾਕਟਰ ਕਿ ਖੁਦ ਉਹ ਸਰਜਨ ਨਹੀਂ ਹੈਗਾ, MD ਹੈ ਮੈਡੀਸਨ ਦਾ, ਅਤੇ ਉਹ ਬਾਹਰੋਂ ਡਾਕਟਰ ਹਾਇਰ ਕਰਦੇ ਨੇ, ਡਾਕਟਰ ਗਰਗ ਹਾਇਰ ਕੀਤਾ ਹੋਇਆ ਜਿਹਨੇ ਆਪਰੇਸ਼ਨ ਕੀਤਾ ਇਹ, ਅਤੇ ਉਹ ਇੱਕ 5-4 ਹਜ਼ਾਰ ਰੁਪਏ ਦੀ ਖਾਤਰ ਮਤਲਬ ਕਿ ਡਾਕਟਰ ਨੂੰ ਇੱਕ ਵਾਰੀ ਉਹ ਕੀ ਕਰਦੇ ਆ, ਬੁਲਾ ਲੈਂਦੇ ਆ, ਆਪਰੇਸ਼ਨ ਕਰਾ ਲੈਂਦੇ ਆ, ਮੁੜ ਕੇ ਡਾਕਟਰ ਆ ਕਹਿੰਦੇ ਵੀ ਡਾਕਟਰ ਗੇੜਾ ਮਾਰ ਕੇ ਗਿਆ ਜੀ, ਡਾਕਟਰ ਦੇਖ ਕੇ ਗਿਆ ਜੀ, ਡਾਕਟਰ ਰਾਊਂਡ ਕਰਕੇ ਗਿਆ ਜੀ, ਪਰ ਡਾਕਟਰ ਕੋਈ ਆਉਂਦਾ ਹੈ ਨਹੀਂ, ਆਪ ਹੀ ਦੇਖੀ ਜਾਂਦੇ ਆ, ਜਿਸ ਕਰਕੇ ਜਿਹੜੀਆਂ ਇਹ ਮੌਤਾਂ ਹੁੰਦੀਆਂ ਨੇ। ਸੋ ਇਹਦੇ ਲਈ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਦੇ ਖਿਲਾਫ਼ ਜਿਹੜੀ ਸਖ਼ਤ ਤੋਂ ਕਾਰਵਾਈ ਹੋਣੀ ਚਾਹੀਦੀ ਆ। ਅਤੇ ਵੈਸੇ ਖੈਰ ਇਹ ਜਿਹੜਾ ਡਾਕਟਰਾਂ ਦਾ ਇੱਕ ਬੋਰਡ ਜਿਹੜਾ ਬਣ ਜਾ ਰਿਹਾ, ਅਤੇ ਪੁਲਿਸ ਕੋਲ ਜਿਹੜੇ ਉਹ ਬਿਆਨ ਦਰਜ ਕਰਾ ਦਿੱਤੇ ਗਏ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਊਗੀ ਤਾਂ ਇਹਨਾਂ ਨੇ ਇਹੀ ਭਰੋਸਾ ਦਿੱਤਾ ਕਿ ਅਸੀਂ ਜਿਹੜਾ ਇਹਦੇ ਖਿਲਾਫ਼ ਕਾਰਵਾਈ ਕਰਾਂਗੇ। ਮਾਮਲਾ ਗੰਭੀਰ ਹੁੰਦਿਆਂ ਵੇਖ ਇਲਾਕੇ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ, ਜਿਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਤਰ੍ਹਾਂ ਸ਼ਾਂਤ ਕੀਤਾ ਅਤੇ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਏ ਜਾਣ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਲਿਆ। ਇੱਕ ਅੰਦਰੂਨੀ ਹਸਪੀਟਲ ਦੇ ਵਿੱਚ ਇੱਕ ਮਨਜੀਤ ਕੌਰ ਆ, ਪਿੰਡ ਬੁਢਲਾਡੇ ਦੇ ਸੀ, ਉਹ ਐਡਮਿਟ ਹੋਏ ਸੀ, ਪਿੱਠੇ ਦੀ ਪੱਥਰੀ ਸੀ ਉਹਨਾਂ ਦੇ, ਉਹਦੇ 'ਚ ਉਹਨਾਂ ਨੇ ਜਦੋਂ ਉਹਨਾਂ ਦੇ ਹਾਲਾਤ ਕੋਈ ਉਹਨੂੰ ਲੱਗਿਆ ਵੀ ਉਹਨਾਂ ਨੇ ਰੈਫਰ ਕਰਤਾ ਦਿੱਲੀ ਹੋਸਪਿਟਲ ਨੂੰ, ਦਿੱਲੀ ਹੋਸਪਿਟਲ 'ਚੋਂ ਪਰਸੋਂ ਉਹਨਾਂ ਨੂੰ ਰੈਫਰ ਕਰਤਾ ਸੀ ਲੁਧਿਆਣੇ ਵੱਲ ਨੂੰ, ਅਤੇ ਉਹਨਾਂ ਦੀ ਰਸਤੇ 'ਚ ਡੈਥ ਹੋ ਗਈ ਸੀ, ਅਤੇ ਕੱਲ੍ਹ ਉਹ ਡੈੱਡ ਬੋਡੀ ਇੱਥੇ ਰੱਖਤੀ ਸੀਗੀ ਲਿਆ ਕੇ, ਅਤੇ ਅੱਜ ਡਾਕਟਰਾਂ ਦਾ ਬੋਰਡ ਬਣਾ ਤਾ, ਉਦੋਂ ਬਾਅਦ 174 ਦੀ ਕਾਰਵਾਈ ਕਰਦੇ, ਜਿਹੜੀ ਅੱਗੇ ਜਿਵੇਂ ਵੀ ਕੋਈ ਤਬਦੀਲ ਚੱਲੂਗੀ ਇਨਵੈਸਟੀਗੇਸ਼ਨ ਕਰਕੇ ਬੰਦੀ ਕਾਰਵਾਈ ਕਰਦਾ। ਲੰਘੇ ਦਿਨੀ ਜਦੋਂ ਕੋਰੋਨਾ ਮਹਾਮਾਰੀ ਦੌਰਾਨ ਲੋਕ ਡਾਕਟਰਾਂ ਨਾਲ ਲੜ ਪਏ ਤਾਂ ਕੇਂਦਰ ਸਰਕਾਰ ਨੇ ਡਾਕਟਰਾਂ ਦੇ ਹੱਕ ਵਿੱਚ ਅਜਿਹਾ ਕਾਨੂੰਨ ਬਣਾਇਆ ਜਿਸ ਨੂੰ ਤੋੜਨ ਵਾਲਿਆਂ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਕਿ ਜੇਕਰ ਡਾਕਟਰ ਅਜਿਹੇ ਕੰਮ ਕਰਨ ਵਾਲੇ ਹੋਣ ਤੇ ਉੱਤੋਂ ਸਰਕਾਰਾਂ ਉਹਨਾਂ ਨੂੰ ਕਾਨੂੰਨੀ ਹਥਿਆਰ ਵੀ ਦੇ ਦੇਣ ਤਾਂ ਫਿਰ ਵਿਚਾਰੀ ਜਨਤਾ ਜਾਏ ਤਾਂ ਜਾਏ ਕਿੱਥੇ। ਹਕੀਕਤ TV ਪੰਜਾਬੀ ਲਈ ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ।